ਕੈਲੀਫੋਰਨੀਆ ਵਸਦੇ ਗਾਖਲ ਭਰਾਵਾਂ ਦੀ 22 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਵਿਸਾਖੀ ਲਿਸਟ ਦੇ ਲਈ ਅਮਰੀਕਾ ਵਸਦੇ ਪੰਜਾਬੀਆਂ ਦੇ ਚਿਹਰਿਆਂ ਉੱਤੇ ਖਾਸ ਰੌਣਕ ਹੈ। ਇਹ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਲਈ ਅਦਾਕਾਰਾ ਵੱਲੋਂ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਪੇਸ਼ ਹੈ ਵਿਸਾਖੀ ਲਿਸਟ ਫਿਲਮ ਬਾਰੇ ਸਾਡੇ ਕੈਲੀਫੋਰਨੀਆ ਤੋਂ ਵਿਸ਼ੇਸ਼ ਸਹਿਯੋਗੀ ਐਸ ਅਸ਼ੋਕ ਪੌਰਾ ਦੀ ਖਾਸ ਰਿਪੋਰਟ। ਅਮਰੀਕਾ ਵਸਦੇ ਪੰਜਾਬੀਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਕੈਲੀਫੋਰਨੀਆ ਦੇ ਸ਼ਹਿਰ ਵਾਟਸਨਵਿਲ 'ਚ ਵਸਦੇ ਗਾਖਲ ਭਰਾਵਾਂ ਨੇ ਖੇਡਾਂ ਲਈ ਬਹੁਤ ਕੁਝ ਕੀਤਾ, ਕਬੱਡੀ ਲਈ ਬੜਾ ਕੁਝ ਕੀਤਾ, ਟਰੈਕਿੰਗ 'ਚ ਉਹਨਾਂ ਦਾ ਇੱਕ ਆਪਣਾ ਨਾਂ ਆ ਅਤੇ ਬਿਜ਼ਨਸ 'ਚ ਆਪਣਾ ਨਾਂ ਹੋਣ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਭਾਈਚਾਰੇ ਲਈ ਬੜੀਆਂ ਸੇਵਾਵਾਂ ਦਿੱਤੀਆਂ ਨੇ। ਫਿਲਮੀ ਖੇਤਰ ਵਿੱਚ ਉਹਨਾਂ ਨੇ ਸੈਕਿੰਡ ਹੈਂਡ ਹਸਬੈਂਡ ਹਿੰਦੀ ਮੂਵੀ ਨਾਲ ਪ੍ਰਵੇਸ਼ ਕੀਤਾ ਸੀ ਅਤੇ ਹੁਣ 22 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਵਿਸਾਖੀ ਲਿਸਟ ਨਾਲ ਉਹ ਪੰਜਾਬੀ ਫਿਲਮ ਜਗਤ 'ਚ ਵੀ ਪ੍ਰਵੇਸ਼ ਕਰ ਰਹੇ ਹਨ। ਇੱਥੇ ਹੀ ਬਸ ਨਹੀਂ, ਉਹਨਾਂ ਨੇ 4 ਹੋਰ ਫਿਲਮਾਂ ਵੀ ਬਣਾਉਣ ਦਾ ਹਾਲ ਹੀ ਵਿੱਚ ਐਲਾਨ ਕੀਤਾ ਹੈ। ਸਰਦਾਰ ਮੁਲਕ ਸਿੰਘ ਆਖਲ, ਪਲਵਿੰਦਰ ਸਿੰਘ ਆਖਲ ਅਤੇ ਇਕਬਾਲ ਸਿੰਘ ਆਖਲ ਦੀ ਇਹ ਟੀਮ ਵਿਸਾਖੀ ਲਿਸਟ ਨਾਲ ਕਿਸ ਤਰ੍ਹਾਂ ਪ੍ਰਵੇਸ਼ ਹੋ ਰਹੀ ਹੈ, ਇਸ ਦੀ ਪ੍ਰਮੋਸ਼ਨ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਉੱਗੇ ਕਾਰੋਬਾਰੀ ਗਾਖਲ ਭਰਾ ਫਿਲਮੀ ਖੇਤਰ ਦੇ ਵਿੱਚ ਵੀ ਪੂਰੀ ਸਰਗਰਮੀ ਦੇ ਨਾਲ ਵਿਚਰ ਰਹੇ ਨੇ। ਫਿਲਮ ਦੇ ਮੁੱਖ ਅਦਾਕਾਰ ਜਿੰਮੀ ਸ਼ੇਰਗਿੱਲ ਉੱਤਰੀ ਅਮਰੀਕਾ ਦੇ ਦੌਰੇ ਤੇ ਨੇ ਤੇ ਨਿਰਮਾਤਾ ਅਮੋਲਕ ਸਿੰਘ ਗਾਖਲ ਫਿਲਮ ਦੀ ਪ੍ਰਮੋਸ਼ਨ ਲਈ ਦਿਨ ਰਾਤ ਇੱਕ ਕਰ ਰਹੇ ਨੇ। ਲੰਘੇ ਦਿਨੀ ਪੰਜਾਬ ਦੀ ਪ੍ਰਸਿੱਧ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੋਏ ਵਿਸਾਖੀ ਲਿਸਟ ਦੇ ਅਦਾਕਾਰਾਂ ਨੇ ਰੱਜ ਕੇ ਪਿਆਰ ਹੀ ਹਾਸਲ ਨਹੀਂ ਕੀਤਾ ਬਲਕਿ ਜਿਸ ਤਰ੍ਹਾਂ ਦਾ ਉਤਸ਼ਾਹ ਜਿੰਮੀ ਸ਼ੇਰਗਿੱਲ ਅਤੇ ਗੁੱਥੀ ਪ੍ਰਤੀ ਨੌਜਵਾਨ ਵਰਗ ਵੱਲੋਂ ਵਿਖਾਇਆ ਗਿਆ, ਉਸ ਤੋਂ ਲੱਗਦਾ ਹੈ ਕਿ ਜੇਲ੍ਹ ਵਿੱਚੋਂ ਭੱਜੇ ਕੈਦੀਆਂ ਦੇ ਮੁੜ ਦਾਖਲ ਹੋਣ ਦੇ ਸੰਘਰਸ਼ ਨੂੰ ਦਰਸਾਉਂਦੀ ਇਹ ਫਿਲਮ ਸਫਲਤਾ ਦੀਆਂ ਬੁਲੰਦੀਆਂ ਜ਼ਰੂਰ ਹਾਸਲ ਕਰੇਗੀ। ਇਸ ਫਿਲਮ ਦੇ ਵਿੱਚ ਨਿਰਮਾਤਾ ਮੋਲਕ ਸਿੰਘ ਗਾਖਲ ਤੋਂ ਸਿਵਾ ਨਿਰਦੇਸ਼ਕ ਸਮੀਪ ਕੰਗ ਅਤੇ ਅਦਾਕਾਰ ਸ਼ਰੂਤੀ ਸੋਢੀ ਵੀ ਹਾਜ਼ਰ ਸੀ। ਰਣਜੀਤ ਬਾਵਾ ਦੇ ਗਾਏ ਅਤੇ ਧਨੀਰਾਮ ਚਾਤਰਿਕ ਦੀ ਅਮਰ ਰਚਨਾ ਹਾਸਰਸ ਅਦਾਕਾਰੀ ਇੱਕੋ ਫਿਲਮ ਵਿੱਚ ਵੇਖਣ ਲਈ ਦਰਸ਼ਕ ਉਤਾਵਲੇ ਜ਼ਰੂਰ ਹੋਣਗੇ। ਸਮੁੱਚੇ ਅਮਰੀਕਾ ਦੇ ਪੰਜਾਬੀ ਵੀ ਆਸਵੰਦ ਨੇ ਕਿ ਜੇ ਗਾਖਲ ਭਰਾਵਾਂ ਦੀ ਇਹ ਫਿਲਮ ਸਫਲਤਾ ਦੇ ਝੰਡੇ ਗੱਡਦੀ ਹੈ ਤਾਂ ਫਿਰ ਅਮਰੀਕਾ ਵਿੱਚ ਪੰਜਾਬੀਆਂ ਦੀਆਂ ਫਿਲਮਾਂ ਪੱਖੋਂ ਵੀ ਪੱਲੇ ਪੱਲੇ ਹੋਣ ਲਈ ਆਸਮਾਨ ਸਾਫ਼ ਹੋ ਜਾਵੇਗਾ। ਵਾਟਸਨਵਿਲ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਇਹ ਸ਼ਹਿਰ ਹੁਣ ਗਾਖਲ ਭਰਾਵਾਂ ਦਾ ਲੱਗਣ ਲੱਗ ਪਿਆ, ਔਰ ਇਹ ਵੀ ਕਿ ਪੰਜਾਬੀ ਇੱਥੇ ਰਹਿੰਦੇ ਵੀ ਬਹੁਤ ਨੇ ਅਤੇ ਪੰਜਾਬੀਆਂ ਨੇ ਹਰ ਖੇਤਰ 'ਚ ਵਾਟਸਨਵਿਲ ਤੋਂ ਪ੍ਰਾਪਤੀਆਂ ਵੀ ਬੜੀਆਂ ਕੀਤੀਆਂ ਨੇ। ਸੋ ਗਾਖਲ ਭਰਾਵਾਂ ਦੀ ਇਸ ਫਿਲਮ ਲਈ ਸ਼ੁਭਕਾਮਨਾਵਾਂ ਨੇ ਅਤੇ ਅਸੀਂ ਵੀ ਦੁਆ ਕਰਾਂਗੇ ਕਿ ਪੰਜਾਬੀ ਫਿਲਮ ਜਗਤ ਨੂੰ, ਪੰਜਾਬੀ ਸੱਭਿਆਚਾਰ ਨੂੰ ਅਤੇ ਪੰਜਾਬੀ ਬੋਲੀ ਨੂੰ ਗਾਖਲ ਭਰਾ ਇੱਕ ਵਾਰੀ ਹੁੰਗਾਰਾ ਦੇਣ। ਵਾਟਸਨਵਿਲ ਕੈਲੀਫੋਰਨੀਆ ਤੋਂ ਐਸ ਅਸ਼ੋਕ ਭੌਰਾ, ਗਲੋਬਲ ਪੰਜਾਬ ਟੀਵੀ ਲਈ।